ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਜੈ ਭੀਮ ਜੈ ਭਾਰਤ ਨਮੋ ਵਧਾਏ ਜੈ ਗੁਰੂਦੇਵ ਜੀ ਜਿਹੜੇ ਵੀ ਸਤਿਕਾਰਯੋਗ ਦਰਸ਼ਕ ਅੱਜ ਦੀ ਮੇਰੀ ਇਸ ਵੀਡੀਓ ਨੂੰ ਵੇਖ ਰਹੇ ਹਨ ਜਾਂ ਫਿਊਚਰ ਵਿੱਚ ਜਾ ਕੇ ਦੇਖਣਗੇ ਉਹਨਾਂ ਲਈ ਵੀ ਅੱਜ ਮੈਂ ਇੱਕ ਬਹੁਤ ਹੀ ਮਹੱਤਵਪੂਰਨ ਮੈਸੇਜ ਲੈ ਕੇ ਹਾਜ਼ਰ ਹੋਇਆ ਹਾਂ ਜੀ ਮਸਲਾ ਪੰਜਾਬ ਦਾ ਹੈ ਮਸਲਾ ਪੰਜਾਬ ਦੇ ਦਲਤ ਭਾਈਚਾਰੇ ਦੇ ਧਰਮ ਪਰਿਵਰਤਨ ਦਾ ਹੈ ਜਿਵੇਂ ਕਿ ਅਸੀਂ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਦਲਤ ਭਾਈਚਾਰੇ ਦੇ ਲੋਕ ਜਿਹੜੇ ਕਦੀ ਸਿੱਖ ਧਰਮ ਗ੍ਰਹਿਣ ਕਰਕੇ ਗੁਰਦੁਆਰਿਆਂ 'ਚ ਗਏ ਸਨ ਡੇਰਿਆਂ ਵਿੱਚ ਗਏ ਸਨ ਅੱਜ ਉਹ ਆਪਣਾ ਧਰਮ ਬਦਲ ਕੇ ਫਿਰ ਦੁਬਾਰਾ ਹਸਾਈ ਮਤ ਵਿੱਚ ਜਾ ਰਹੇ ਹਨ ਹਸਾਈ ਧਰਮ ਨੂੰ ਗ੍ਰਹਿਣ ਕਰ ਰਹੇ ਹਨ ਅਤੇ ਬੁੱਧ ਧਰਮ ਨੂੰ ਗ੍ਰਹਿਣ ਕਰ ਰਹੇ ਹਨ ਜਿਹੜਾ ਕਿ ਸਿੱਖ ਧਰਮ ਲਈ ਇੱਕ ਗੰਭੀਰ ਸੰਕਟ ਹੈ ਅਤੇ ਇਸ ਧਰਮ ਪਰਵਰਤਨ ਤੋਂ ਘਬਰਾਏ ਹੋਏ ਅਤੇ ਬੁਖਲਾੜਟ ਚ ਆਏ ਹੋਏ ਸਿੱਖ ਵਿਦਵਾਨਾਂ ਵੱਲੋਂ ਸਿੱਖ ਲੀਡਰਾਂ ਵੱਲੋਂ ਸਿੱਖ ਪ੍ਰਚਾਰਕਾਂ ਵੱਲੋਂ ਅਤੇ ਸਿੱਖ ਸੰਗਤਾਂ ਵੱਲੋਂ ਜਿੱਥੇ ਹਸਾਈਆਂ ਤੇ ਹਮਲੇ ਕੀਤੇ ਜਾ ਰਹੇ ਹਨ ਉਸੇ ਨਾਲ ਹੀ ਬੁੱਧ ਧਰਮ ਦੇ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਆ ਅਤੇ ਸਾਡੇ ਰਹਿਬਰਾਂ ਦੇ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਆ ਇਸੇ ਸੰਦਰਭ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਹੋਰ ਸਿੱਖ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਨੇ ਆਪਣੇ ਚੈਨਲ ਉੱਪਰ ਸਾਡੇ ਰਹਿਬਰ ਸਾਡੇ ਮਸੀਹਾ ਸਾਡੇ ਮੁਕਤੀਦਾਤਾ ਕਰੋੜਾਂ ਕਰੋੜਾਂ ਅਸ਼ੂਤਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਲੇ ਜੁਗਪੁਰਸ਼ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤੀ ਨਾਰੀ ਦੇ ਮੁਕਤੀਦਾਤਾ ਬੋਧੀ ਸਤਬ ਪਰਮ ਪੂਜਯੇ ਬਾਬਾ ਸਾਹਿਬ ਡਾਕਟਰ ਅੰਬੀਰ ਕਰਜੀ ਉੱਪਰ ਭਦੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਦੀ ਮੈਂ ਸੱਚ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਅਤੇ ਮੈਂ ਉਡੀਕ ਰਿਹਾ ਸੀ ਕਿ ਜਿਹੜੇ ਸਾਡੇ ਅੰਬੇਦਕਰ ਜੀ ਭਰਾ ਇਹ ਸਮਝਦੇ ਹਨ ਕਿ ਸਿੱਖੀ ਵਿੱਚ ਸਾਡਾ ਭਲਾ ਹੈ ਉਹ ਹਰਨੇਸ਼ ਸਿੰਘ ਨੂੰ ਜਵਾਬ ਦੇਣਗੇ ਅਤੇ ਦੇ ਵੀ ਰਹੇ ਹਨ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਕਿ ਸਾਥੀਓ ਮਨੁਸਿਮਰਤੀ ਕਹਿੰਦੀ ਆ ਕਿ ਛੂਦਰ ਅਤੇ ਅਸ਼ੂਤ ਜਿੰਨਾ ਮਰਜੀ ਵਿਦਵਾਨ ਹੋਵੇ ਜਿੰਨਾ ਮਰਜੀ ਲਾਇਕ ਹੋਵੇ ਉਹ ਕਦੀ ਗੁਰੂ ਨਹੀਂ ਬਣ ਸਕਦਾ ਉਹ ਕਦੀ ਵਿਦਵਾਨ ਨਹੀਂ ਬਣ ਸਕਦਾ ਅਤੇ ਇਸੇ ਤਰ੍ਹਾਂ ब्राह्मण तुलसीदास ਕਹਿੰਦਾ ਆ ਪੂਜੀਏ ਵਿਪਰ ਗਿਆਨ ਗੁਣਹੀਨਾ ਸ਼ੂਦਰਨਾ ਗੁਣ ਗਿਆਨ ਪ੍ਰਬੀਨਾ ਕਿ ਬ੍ਰਾਹਮਣ ਭਾਵੇਂ ਜਿੰਨਾ ਮਰਜੀ ਵਿਪਚਾਰੀ ਹੋਵੇ ਉਹ ਪੂਜਣਯੋਗ ਹੈ ਅਤੇ ਸ਼ੂਦਰ ਜਾਂ ਅਸ਼ੂਦਰ ਜਿੰਨਾ ਮਰਜੀ ਗੁਣਵਾਨ ਹੋਵੇ ਉਹ ਪੂਜਣਯੋਗ ਨਹੀਂ ਉਹ ਮਹਾਨ ਨਹੀਂ ਬਣ ਸਕਦਾ ਉਹ ਗੁਰੂ ਨਹੀਂ ਬਣ ਸਕਦਾ ਇਸੇ ਹੀ ਬਿਰਤੀ ਦੇ ਮਾਲਕ ਕੁਝ ਸਿੱਖਾਂ ਵੱਲੋਂ ਸਾਡੇ ਰਹਿਬਰ ਸਤੁਰੂ ਰਵਦਾਸ ਜੀ ਸਤੁਰੂ ਕਵੀ ਸਾਹਿਬ ਸਤਗੁਰੂ ਨਾਮਦੇਵ ਜੀ ਨੂੰ ਕਦੇ ਵੀ ਬਣਦਾ ਸਤਕਾਰ ਨਹੀਂ ਦਿੱਤਾ ਉਹ ਉਹਨਾਂ ਨੂੰ ਭਗਤ ਭਗਤ ਕਹਿੰਦੇ ਰਹਿੰਦੇ ਹਨ ਜਦਕਿ ਸਾਡੇ ਸਤਿਗੁਰੂ ਜੀ ਗੁਰੂਆਂ ਦੇ ਵੀ ਗੁਰੂ ਸਨ ਇਸੇ ਹੀ ਤਰ੍ਹਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਪ੍ਰਤੀ ਸਿੱਖਾਂ ਦਾ ਜੋ ਰੁਈਆ ਆ ਉਹੀ ਰਿਹਾ ਆ ਉਹ ਵੀ ਉਹਨਾਂ ਨੂੰ ਕਦੀ ਸਨਮਾਨ ਨਹੀਂ ਦਿੰਦੇ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਅੰਬੇਦਕਰ ਕਹਿੰਦਾ ਹੈ ਅੰਬੇਦਕਰ ਕਹਿੰਦਾ ਹੈ ਕਹਿ ਕੇ ਸਮੇਂ-ਸਮੇਂ ਤੇ ਉਹਨਾਂ ਤੇ ਟਿੱਪਣੀਆਂ ਕਰਦੇ ਰਹਿੰਦੇ ਹਨ ਅਤੇ ਕਦੀ ਉਹਨਾਂ ਨੂੰ ਕਲਰਕ ਕਦੀ ਇਹਨਾਂ ਨੂੰ ਟਾਈਪਿਸਟ ਕਦੀ ਉਹਨਾਂ ਨੂੰ ਇੰਗਲੈਂਡ ਦੇ ਸੰਵਿਧਾਨ ਦੀ ਕਾਪੀ ਕਰਨ ਵਾਲਾ ਕਹਿੰਦੇ ਰਹਿੰਦੇ ਹਨ ਅਤੇ ਕੋਈ ਇਹ ਜੇ ਹੱਸਮਾਨੀਕ ਝਾਉਂਦੇ ਜਿੱਥੇ ਉਹ 바બા ਸਾਹਿਬ ਪ੍ਰਤੀ ਆਪਣੀ ਨਫ਼ਰਤ ਦਾ ਇਜ਼ਹਾਰ ਨਾ ਕਰਨ ਸਤਿਕਾਰਯੋਗ ਸਾਥੀਓ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ 바બા ਸਾਹਿਬ ਡਾਕਟਰ ਮੀਰਕਰ ਜੀ ਦੇ ਸੁਪੁੱਤਰ ਸਤਗੁਰੂ ਰਵਿਦਾਸ ਸਤਰੂ ਪੀ ਸਾਹਿਬ ਸਤਗੁਰੂ ਨਾਮਦੇਵ ਜੀ ਅਤੇ ਪਰਮ ਪੂਜੇ ਭਗਵਾਨ ਬੁੱਧ ਦੇ ਸੁਪੁੱਤਰ ਬਾਰਸ ਜੇ ਜਿੰਦਾ ਹਨ ਜੋ ਇਹਨਾਂ ਨੂੰ ਇਹਨਾਂ ਦੀਆਂ ਮਨ ਕੜ ਤੇ ਟਿੱਪਣੀਆਂ ਮਨ ਕੜ ਤੇ ਗੱਲਾਂ ਅਤੇ ਮਨ ਕੜ ਤੇ ਦੋਸ਼ਾਂ ਦਾ ਤਰਕ ਦਲੀਲ ਦੇ ਨਾਲ ਹੂੰ ਤੋੜਮਾ ਜਵਾਬ ਦੇਣਗੇ ਹੁਣ ਅਸੀਂ ਦੇਖਦੇ ਹਾਂ ਕਿ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਨੇ ਬਾਬਾ ਸਾਹਿਬ ਡਾਕਟਰ ਮਿਰਕਰ ਜੀ ਦੇ ਬਾਰੇ ਵਿੱਚ ਕੀ ਕਿਹਾ ਹਰਨੇਕ ਸਿੰਘ ਕਹਿੰਦਾ ਹੈ ਕਿ ਇਹ ਜਿਹੜਾ ਸੰਵਿਧਾਨ ਉਹਨਾਂ ਨੇ ਲਿਖਵਾਇਆ ਹੈ ਇਹ ਮਹਿਮ ਕਰ ਦਿਓ ਕਿ ਅੰਬੇਦਕਰ ਨੇ ਲਿਖਿਆ ਹੈ ਦੂਸਰਾ ਹਰਨੇਕ ਸਿੰਘ ਇਹ ਕਹਿ ਰਿਹਾ ਹੈ ਕਿ ਅੰਬੇਦਕਰ ਦੇ ਇੱਕ ਕਲਰਕ ਸੀ ਉਸਨੇ ਉਹੀ ਲਿਖਿਆ ਜੋ ਉਸ ਤੋਂ ਪਟੇਲ ਨਹਿਰੂ ਅਤੇ ਗਾਂਧੀ ਦੀ ਜੁੰਡਲੀ ਨੇ ਲਿਖਵਾਇਆ ਅੱਗੇ ਹਰਨੇਕ ਸਿੰਘ ਇਹ ਕਹਿੰਦਾ ਆ ਕਿ ਜਿਹੜਾ ਅਸੀਂ ਇਹ ਕਹਿੰਦੇ ਆ ਨਾ ਕਿ ਅੰਬੇਦਕਰ ਨੇ ਆ ਕੀਤਾ ਉਹ ਕੀਤਾ ਇਹ ਸਭ ਝੂਠ ਆ ਅਤੇ ਹਰਨੇਕ ਸਿੰਘ ਕਹਿੰਦਾ ਆ ਕਿ ਅੰਬੇਦਕਰ ਦੀ ਇੰਨੀ ਔਕਾਤ ਨਹੀਂ ਸੀ ਕਿ ਉਹ ਉਹ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਜਾ ਕੇ ਕੁਝ ਲਿਖ ਦਿੰਦਾ ਅੱਗੇ ਹਰਨੇਕ ਸਿੰਘ ਹੋਰ ਕਹਿ ਰਿਹਾ ਆ ਕਿ ਜਿਹੜਾ ਅਸੀਂ ਕਹਿੰਨੇ ਆ ਨਾ ਕਿ ਅੰਬੇਦਕਰ ਨੇ ਸੰਵਿਧਾਨ ਬਣਾਇਆ ਆ ਲਿਖਿਆ ਉਹ ਲਿਖਿਆ ਇਹ ਗੱਲਾਂ ਤਾਂ ਉਸਨੇ 네ਰੂ ਗਾਂਧੀ ਤੇ ਪਟੇਲ ਦੇ ਕਹਿੰਦੇ ਲਿਖੀਆਂ ਅਤੇ ਜਿਹੜੀਆਂ ਘਟ ਗਿੰਤੀਆਂ ਸਨ ਉਹਨਾਂ ਦੇ ਦੁਆਲੇ ਜਿਹੜੀਆਂ ਉਹਨਾਂ ਦੇ ਦੁਆਲੇ ਘਟ ਗਿੰਤੀਆਂ ਸਨ ਉਹਨਾਂ ਨੂੰ ਚੋਗਾ ਛੁੱਟਿਆ ਜਾਵੇ ਅਤੇ ਇੱਕ ਵਾਰ ਚੋਗਾ ਪਾ ਕੇ ਆਪਣੇ ਨਾਲ ਜੋੜ ਲਿਆ ਜਾਵੇ ਅਤੇ ਕਿਹਾ ਜਾਵੇ ਕਿ ਆਹ ਦੇਖ ਲਓ ਸੰਵਿਧਾਨ ਦੇ ਵਿੱਚ ਲਿਖਿਆ ਆ ਹੁਣ ਤੁਹਾਡੇ ਨਾਲ ਧੋਖਾ ਨਹੀਂ ਹੋਵੇਗਾ ਮੈਂ ਹਰਨੇਕ ਸਿੰਘ ਅਤੇ ਹੋਰ ਜਿਹੜੇ ਸਿੱਖ ਸਮੇਂ-ਸਮੇਂ ਤੇ ਸਾਡੇ ਪੁਰਖਿਆਂ ਦੇ ਖਿਲਾਫ ਪੜਾਸ ਕੱਢਦੇ ਰਹਿੰਦੇ ਹਨ ਉਹਨਾਂ ਨੂੰ ਦੱਸਣਾ ਚਾਹੁੰਦਾ ਆ ਕਿ ਬਾਬਾ ਸਾਹਿਬ ਡਾਕਟਰ ਮੀਰਕਰ ਜੀ ਕੋਈ ਕਲਰਕ ਨਹੀਂ ਸਨ ਬਾਬਾ ਸਾਹਿਬ ਡਾਕਟਰ ਮੀਰਕਰ ਜੀ 네ਰੂ ਗਾਂਧੀ ਪਟੇਲ ਦੀ ਜੁੰਡਲੀ ਦੇ ਗੁਲਾਮ ਨਹੀਂ ਸਨ ਬਲਕਿ बाबा साहब डॉक्टर अंबेडकर जी ਦੁਨੀਆ ਦੇ ਛੇ ਵਿਦਵਾਨਾਂ ਚੋਂ ਮਹਾ ਵਿਦਵਾਨ ਸਨ ਜਿਨ੍ਹਾਂ ਦੀ ਵਿਦਵਤਾ ਤੋਂ ਜਿਨ੍ਹਾਂ ਦੀ ਯੋਗਤਾ ਤੋਂ ਜਿਨ੍ਹਾਂ ਦੀ ਸ਼ਖਸੀਅਤ ਤੋਂ ਜਿਨ੍ਹਾਂ ਦੇ ਗਿਆਨ ਤੋਂ ਹਿੰਦੂ ਲੀਡਰ ਗਾਂਧੀ 네ਰੂ ਪਟੇਲ ਅਤੇ ਹੋਰ थर-थर ਕੰਬਦੇ ਸਨ ਉਹਨਾਂ ਦੀ ਜ਼ਰਤ ਨਹੀਂ ਸੀ बाबा साहब ਵਰਗੇ ਮਹਾਨ ਵਿਅਕਤੀ ਤੋਂ ਕੁਝ ਲਖਵਾ ਲੈਂਦੇ बाबा साहब डॉक्टर अंबेडकर जी ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ ਇਸੇ ਲਈ ਤਾਂ ਦੁਨੀਆ ਦੇ ਲੋਕ ਉਹਨਾਂ ਨੂੰ ਦਾ ਆਰਕੀਟੈਕਟ ਆਫ ਇੰਡੀਅਨ ਕਨਸਟੀਟਿਊਸ਼ਨ ਕਹਿ ਕੇ ਬੁਣਿਆਉਂਦੀ ਹੈ ਦੁਨੀਆਂ ਦੇ ਲੋਕ ਜਾਣਦੇ ਹਨ ਕਿ ਜਿਹੜੇ ਭਾਰ ਦੇ ਸਦੀਆਂ ਤੋਂ ਕਰੋੜਾਂ ਕਰੋੜਾਂ ਲੋਕ ਅਧਿਕਾਰਾਂ ਤੋਂ ਬੰਨ੍ਹ ਜਿਗੇ ਗੁਲਾਮ ਸਿਗੇ ਉਹਨਾਂ ਨੂੰ ਕਿਵੇਂ ਬਾਬਾ ਸਾਹਿਬ ਡਾਕਟਰ ਮੀਰ ਕਾ ਜੀ ਨੇ ਅਧਿਕਾਰ ਦੁਆਏ ਆ ਜਿਨ੍ਹਾਂ ਨੂੰ ਅਸੀਂ ਸ਼ੈਡਿਊਲਡ ਕਾਸਟ ਬੈਕਵਰਡ ਕਲਾਸਸ ਸ਼ੈਡਿਊਲਡ ਟ్రਾਈਬਸ ਅਤੇ ਘਟਗੰਦੀਆਂ ਕਹਿ ਕੇ ਜਾਣਦੇ ਹਾਂ ਉਹਨਾਂ ਨੂੰ ਹੱਕ ਲੈ ਕੇ ਦੇਣ ਪਿਛੇ 바바 ਸਾਹਿਬ ਡਾਕਟਰ ਅੰਬੇਦਕਰ ਜੀ ਦਾ ਇੱਕ ਲੰਮਾ ਸੰਘਰਸ਼ ਹੈ ਜਿਹਦਾ ਮੈਂ ਸੰਖੇਪ ਦੇ ਵਿੱਚ ਬੰਨਨ ਕਰਾਂਗਾ ਕਿ ਕਿਵੇਂ ਉਹਨਾਂ ਨੇ ਜਦੋਂ 1919 ਦੇ ਵਿੱਚ ਸਾਊਥ ਬਿਊਰੋ ਕਮੇਟੀ ਦੇ ਮੈਂਬਰ ਭਾਰਤ ਵਿੱਚ ਆਏ ਆ ਤਾਂ 바바 ਸਾਹਮਣੇ ਉਹਨਾਂ ਦੇ ਸਾਹਮਣੇ ਅਸ਼ੂਤਾਂ ਦੇ ਹੋਰ ਐਤਿਆਚਾਰਾਂ ਨੂੰ ਅਤੇ ਦੁੱਖਦਰਦ ਨੂੰ ਦੱਸਿਆ ਜਿਨ੍ਹਾਂ ਦੀ ਗਿਣਤੀ ਕਦੀ ਭਾਰਤ ਦੀ ਜਨਗਣਨਾ ਦੇ ਵਿੱਚ ਨਹੀਂ ਹੁੰਦੀ ਸੀ ਜਿਹੜੇ ਭਾਰਤ ਦੇ ਮੂਲ ਬਛਿੰਦੇ ਸੀਗੇ ਬਾਬਾ ਸਾਹਿਬ ਦੀ ਜਿਤਨਾ ਸਰਕਾ ਭਾਰ ਦੇ ਕਰੋੜਾ ਕਰੋੜਾ ਅਸ਼ੂਤਾਂ ਦੀ ਗਿਣਤੀ ਜਨਗਣਨਾ ਚ ਹੋਣ ਲੱਗੀ ਫਿਰ ਕਿਵੇਂ ਉਹਨਾਂ ਨੇ ਸਾਇਮਨ ਕਮਿਸ਼ਨ ਨੂੰ ਦੱਸਿਆ ਕਿ ਭਾਰਤ ਦੇ ਸਦੀਆਂ ਦੇ ਗੁਲਾਮ ਅਸ਼ੂਤਾਂ ਦੀ ਕੀ ਦਸਾਇਆ ਅਤੇ ਕਿਵੇਂ ਉਹਨਾਂ ਨੂੰ ਹਿੰਦੂਆਂ ਦੇ ਕਾਨੂੰਨਾਂ ਮੁਤਾਬਕ ਹਿੰਦੂ ਧਰਮ ਦੇ ਕਾਨੂੰਨਾਂ ਮੁਤਾਬਕ ਸਦੀਆਂ ਤੋਂ ਮਾਨਵੀ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਆ ਫਿਰ ਬਾਬਾ ਸਾਹਿਬ ਡਾਕਟਰ ਮਿਲਕਰ ਜੀ ਨੇ 1930 1931 ਅਤੇ 1932 ਦੀਆਂ ਰਾਉਂਡ ਟੇਬਲ ਕਾਨਫਰੰਸਾਂ ਲੰਡਨ ਵਿੱਚ ਜਾ ਕੇ ਪੂਰੇ ਸਮਾਜ ਨੂੰ ਅਤੇ ਪੂਰੇ ਵਿਸ਼ਵ ਨੂੰ ਦੱਸਿਆ ਕਿ ਭਾਰਤ ਵਿੱਚ ਅਸ਼ੂਤਾਂ ਦੀ ਗਿਣਤੀ ਜਿਹਨਾਂ ਦੀ 7 ਕਰੋੜ ਤੋਂ ਜ਼ਿਆਦਾ ਆ ਉਹਨਾਂ ਦੀ ਕੀ ਦਸ਼ਾ ਆ ਕਿਵੇਂ ਉਹ ਪਸ਼ੂਆਂ ਤੋਂ ਵੀ ਮਾੜਾ ਜੀਵਨ ਜੀ ਰਹੇ ਹਨ ਅਤੇ ਜਿੱਥੇ ਉਹਨਾਂ ਨੇ ਹਿੰਦੂ ਲੀਡਰਾਂ ਨੂੰ ਕੋਸਿਆ ਜਿੱਥੇ ਬਾਬਾ ਸਾਹਿਬ ਡਾਕਟਰ ਮੇਕਰ ਨੇ ਉਹਨਾਂ ਦੇ ਧਾਰਮਿਕ ਗ੍ਰੰਥਾਂ 'ਚ ਲਿਖੇ ਕਾਨੂੰਨਾ ਨੂੰ ਕੋਸਿਆ ਉਥੇ ਨਾਲ ਹੀ ਬਾਬਾ ਸਾਹਿਬ ਡਾਕਟਰ ਬੇਕਰ ਜੀ ਨੇ ਇੰਗਲੈਂਡ ਦੀ ਧਰਤੀ ਤੇ ਬ੍ਰਿਟਿਸ਼ ਸਰਕਾਰ ਨੂੰ ਵੀ ਕੋਸਿਆ ਕਿ ਤੁਹਾਡੇ 150 ਸਾਲ ਦੇ ਰਾਜ ਵਿੱਚ ਵੀ ਸਾਡੀ ਕੋਈ ਦਸ਼ਾ ਨਹੀਂ ਬਦਲੀ ਅਸੀਂ ਪਹਿਲਾਂ ਵੀ ਗੁਲਾਮ ਸੀ ਅੱਜ ਵੀ ਗੁਲਾਮਾਂ ਸਾਨੂੰ ਤੁਹਾਡਾ ਵੀ ਰਾਜ ਨਹੀਂ ਚਾਹੀਦਾ ਆਸੀ ਬਿਦਬਤਾ ਆਸੀ ਜੁਰਦਮੰਦੀ ਮੇਰੇ ਰਹਿਬਰ ਦੀ ਜੋ ਸ਼ੇਰ ਵਾਂਗੂ ਗਰਜਦੇ ਸਨ ਅਤੇ ਫਿਰ ਕਿਵੇਂ ਉਹਨਾਂ ਨੇ ਅੰਗਰੇਜ਼ਾਂ ਨੂੰ ਕਨਵਿੰਸ ਕਰਕੇ ਸਾਨੂੰ ਸਾਰੇ ਹੱਕ ਅਧਿਕਾਰ ਲੈ ਕੇ ਦਿੱਤੇ ਆ ਫਿਰ ਕਿਵੇਂ 1932 ਵਿੱਚ ਗਾਂਧੀ ਨੇ ਮਰਨ ਬਰਤ ਰੱਖਿਆ ਆ ਅਤੇ 1935 ਦੇ ਐਕਟ ਵਿੱਚ ਸਾਨੂੰ ਬ੍ਰਿਟਿਸ਼ ਸਰਕਾਰ ਵੱਲੋਂ ਜਿਹੜੇ ਕੁਝ ਹੱਕ ਦਿੱਤੇ ਗਏ ਆ ਪੜਨ ਦੇ ਸਕੂਲਾਂ ਜਾਣ ਦੇ ਅਤੇ ਅਸੈਂਬਲੀਆਂ ਜਾਣ ਦੇ ਉਹ 바ਵਾ ਸਾਹਿਬ ਦੀ ਬਦੌਲਤ ਆ ਜਿਹੜੇ ਸਿੱਖ ਇਹ ਕਹਿੰਦੇ ਆ ਕਿ 바ਵਾ ਸਾਹਿਬ ਕਲਰਕ ਸਨ ਉਹ ਇਹ ਗੱਲ ਨੂੰ ਸੁਣ ਲੈਣ ਸਿੱਖਾਂ ਵਿੱਚ ਤਾਂ ਕੀ ਭਾਰਤ ਵਿੱਚ ਤਾਂ ਕੀ ਦੁਨੀਆ ਵਿੱਚ ਕੋਈ ਐਦਾਂ ਦਾ ਮਹਾਪੁਰਸ਼ ਪੈਦਾ ਨਹੀਂ ਹੋਇਆ ਜਿਹੜਾ ਬਾਬਾ ਸਾਹਿਬ ਡਾਕਟਰ ਮੇਰਕਰ ਜੀ ਦੀ ਵਿਦਵਤਾ ਯੋਗਤਾ ਦੇ ਮੁਕਾਬਲੇ ਉਹਨਾਂ ਦੇ ਨੇੜੇ ਵੀ ਖੜ ਸਕਦਾ ਹੋਵੇ ਬਰਾਬਰੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਔਰ ਜਿਹੜਾ ਉਹਨਾਂ ਨੇ ਸਦੀਆਂ ਦੇ ਲਤਾੜੇ ਲੋਕਾਂ ਨੂੰ ਸੰਘਰਸ਼ ਕਰਕੇ ਅਧਿਕਾਰ ਲੈ ਕੇ ਦਿੱਤੇ ਆ ਉਹ ਬਾ ਕਮਾਲ ਆ ਜਿਸ ਦੀ ਮਿਸਾਲ ਦੁਨੀਆ ਵਿੱਚ ਨਹੀਂ ਮਿਲਦੀ ਇੱਕ ਖੂਨ ਦਾ ਕਤਰਾ ਭਾਏ ਤੋਂ ਬਿਨਾ ਕਰੋਣਾ ਕਰੋੜਾਂ ਅਸ਼ੂਤਾਂ ਨੂੰ ਅਧਿਕਾਰ ਲੈ ਕੇ ਦੇ ਦਿੱਤੇ ਮੈਂ ਹਰਨੇਕ ਸਿੰਘ ਅਤੇ ਹੋਰ ਸਿੱਖਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਆ ਕਿ ਤੁਹਾਡੀ ਇਹ ਔਕਾਤ ਨਹੀਂ ਤੁਸੀਂ ਬਾਬਾ ਸਾਹਿਬ ਵਰਗੇ ਮਹਾਨ ਵਿਅਕਤੀ ਤੇ ਟਿੱਪਣੀ ਕਰ ਸਕੋ ਉਹ ਦੁੱਕੀ-ਦੁੱਕੀ ਦੇ ਬੰਦੇਓ ਉਹ ਟਕੇ-ਟਕੇ ਦੇ ਬੰਦੇਓ ਤੁਸੀਂ ਸਿੱਖ ਤਾਂ ਬਣ ਗਏ ਆ ਪਰ ਤੁਹਾਡੇ ਦਿਮਾਗ ਚੋਂ ਜਾਤ-ਪਾਤ ਦਾ ਕੀੜਾ ਨਹੀਂ ਗਿਆ ਤੁਸੀਂ ਗੁਰੂ ਦਾ ਸ਼ਬਦ ਗੁਰੂ ਦੀ ਵਿਚਾਰਤਾਰਾ ਮਾਨਸ ਕੀ ਜਾਤ ਸਭੇ ਇੱਕੀ ਪਛਾਨਮੋ ਕਦੀ ਮਨ ਚ ਨਹੀਂ ਬਸਾਈ ਸਮੇ ਸਮੇਤੇ ਤੁਸੀਂ ਸਾਡੇ ਰਹਿਬਰਾਂ ਦੇ ਖਿਲਾਫ ਟਿੱਪਣੀ ਕਰਨ ਤੋਂ ਬਾਝ ਨਹੀਂ ਹੁੰਦੇ ਹਰਨੇਕ ਸਿੰਘ ਮੈਂ ਤੈਨੂੰ ਇੱਕ ਗੱਲ ਹੋਰ ਕਹਿਣ ਦੇਣੀ ਚਾਹੁੰਦਾ ਆ ਤੂੰ ਸਿੱਖ ਮਸਲਿਆਂ ਦਾ ਮਾਹਰ ਹੋ ਸਕਦਾ ਆ ਪਰੰਤੂ ਤੂੰ ਸਰਬਗਿਆਤਾ ਬਣ ਦੀ ਕੋਸ਼ਿਸ਼ ਨਾ ਕਰ ਹਰ ਮਨੁੱਖ ਹਰ ਰੋਜ਼ ਸਿੱਖਦਾ ਆ ਉਹ ਜਨਮ ਤੋਂ ਲੈ ਕੇ ਮਰਨ ਤੱਕ ਵਿਦਿਆਰਥੀ ਰਹਿੰਦਾ ਆ ਜਿਸਰ ਨਾ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਦੀ ਦੁਕਾਨ ਚੱਲ ਜਾਵੇ ਦੁਕਾਨ ਚੱਲਣ ਦੀ ਦੇ ਰਿਆ ਫੇ ਉਸ ਦੁਕਾਨ ਤੇ ਜੋ ਮਿੱਟੀ ਘੱਟਾ ਮਲਾਪਟ ਵਾਲਾ ਸਮਾਨ ਸਭ ਵੇਚਣ ਲੱਪੇਂਦਾ ਲੋਕ ਬ੍ਰਾਂਡ ਦੇਖਦੇ ਆ ਬਸ ਇਸੇ ਤਰ੍ਹਾਂ ਤੇਰਾ ਚੈਨਲ ਆ ਤੇ ਤੈਨੂੰ ਸੁਣਨ ਵਾਲੇ ਆ ਜੋ ਤੂੰ ਕਹਿਣਾ ਆ ਜੋ ਝੂਠ ਜ਼ਬਾਨ ਬੋਲਦਾ ਆ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਬਲਕੇ ਤੇਰੇ ਅੰਧਪਖਤ ਬਣ ਕੇ ਤੈਨੂੰ ਉਹ ਸੁਣਦੇ ਰਹਿੰਦੇ ਆ ਤੁਹਾਡੇ ਚ ਔਕਾਤ ਨਹੀਂ ਹਰਨੇਕ ਸਿੰਘ ਅਤੇ ਜਿਹੜੇ ਹੋਰ ਸਿੱਖ ਆ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਆਂ ਕਿ ਤੁਹਾਡੇ 'ਚ ਔਕਾਤ ਨਹੀਂ ਕਿ ਤੁਸੀਂ ਸਾਡੇ ਪੁਰਖਿਆਂ ਦੇ ਖਿਲਾਫ ਟਿੱਪਣੀ ਕਰ ਸਕੋ ਉਹਨਾਂ ਨੂੰ ਕਦੀ ਕਲਰ ਕਹੋ ਕਦੀ ਉਹਨਾਂ ਨੂੰ ਟਾਈਪਿਸਟ ਕਹੋ ਜਾਂ ਕਦੀ ਉਹਨਾਂ ਨੂੰ ਕਾਪੀ ਕਰਨ ਵਾਲਾ ਕਹੋ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੀ ਮਿੱਤੀ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਸਾਡੇ ਰਹਿਬਰ ਸਾਡੇ ਪੁਰਖੇ ਸਾਡੇ ਮੁਕਤੀਦਾਤਾ ਬਣੋਂ ਭਾਰਤੀ ਸੰਵਿਧਾਨ ਦੇ ਗਠਨ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਭਾਰਤ ਨੂੰ ਅਖੰਡ ਭਾਰਤ ਬਣਾਉਣ ਦੇ ਵਿੱਚ ਅਤੇ ਭਾਰਤ ਨੂੰ ਆਧੁਨਿਕ ਭਾਰਤ ਬਣਾਉਣ ਦੇ ਵਿੱਚ ਪੁਰਖੇ ਦਾ ਕੀ ਯੋਗਦਾਨ ਹੈ ਮੇਰੇ ਰਹਿਬਰ ਦਾ ਕੀ ਯੋਗਦਾਨ ਹੈ ਤੱਥਾਂ ਸਮੇਤ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਜਿਹੜੇ ਲੋਕ 바ਵਾ ਸਾਹਿਬ ਤੇ ਝੂਠੀ ਦੋਸ਼ਣਵਾਜੀ ਕਰਦੇ ਆ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਅਤੇ ਇਹ ਵੀ ਦੱਸਾਂਗਾ ਕਿ ਤੁਹਾਡੇ ਪੁਰਖਿਆਂ ਨੇ ਜਦੋਂ ਸੰਵਿਧਾਨ ਬਣ ਰਿਆ ਸੀ ਉਹਦੇ ਵਿੱਚ ਕੀ ਯੋਗਦਾਨ ਪਾਇਆ ਭਾਰਤ ਦੀ ਤਰੱਕੀ 'ਚ ਕੀ ਯੋਗਦਾਨ ਪਾਇਆ ਭਾਰਤ ਨੂੰ ਭਾਰਤ ਬਣਾਉਣ ਦੇ ਵਿੱਚ ਕੀ ਯੋਗਦਾਨ ਪਾਇਆ ਅਤੇ ਖਾਸ ਤੌਰ ਦੇ ਵਿੱਚ ਜਦੋਂ ਹਿੰਦੂ ਕੋਡ ਬਿਲ ਬਣ ਰਿਹਾ ਸੀ ਤੁਹਾਡੇ ਪੁਰਖਿਆਂ ਦਾ ਕਿਹੜਾ ਰੋਲ ਸੀ ਤਾਂ ਕੀ ਔਕਾਤ ਸੀ ਮੈਂ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗਾ ਇਹਨਾਂ ਸ਼ਬਦਾਂ ਦੇ ਨਾਲ ਹੀ ਧੰਨਵਾਦ ਜੀ ਜੈਪੀ ਜੈ ਭਾਰਤ ਨਮੋ ਬੋਦਾਈ